ਨਿਰੋਧ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹੇ ਹਾਂ ਤੇ ਅੱਜ ਜਿਹੜੇ ਮਹਾਰਾ ਜੀ ਵਾਹ ਜੀ ਵਾਹ ਲੰਗਿਆਓ ਲੰਗਿਆਓ चौहान ਸਾਹਿਬ ਲੰਗਿਆਓ ਜੈਹਦ ਜੀ चौहान ਸਾਹਿਬ ਜੈਹਦ ਜੀ ਜੈਹਦ ਜੀ ਡਾਕਟਰ ਸਾਹਿਬ ਜੈਹਦ ਜੀ ਆਹ ਡਾਕਟਰ ਸਾਹਿਬ ਆ ਗਏ ਨਾਲ ਬੈਠੋ ਬੈਠੋ ਬੈਠ ਜੀ ਬੈਠੋ ਬੈਠੋ चौहान ਸਾਹਿਬ ਲਾਓ ਡੇਰੇ ਲਓ ਜੀ ਲਾ ਲਾ ਆ ਵਧੀਆ ਕੰਮ ਕੀਤਾ ਤੁਸੀਂ ਸੁਣਾਓ ਡਾਕਟਰ ਸਾਹਿਬ ਨੂੰ ਲੈ ਆਂਦਾ ਤੁਸੀਂ ਨਾਲ ਬਿਲਕੁਲ ਜੀ ਡਾਕਟਰ ਸਾਹਿਬ ਨੂੰ ਲਿਆਉਣਾ ਸੀ ਤੁਸੀਂ ਕਿਹਾ ਹੀ ਸੀਗਾ ਵੀ ਲੈ ਕੇ ਆਇਓ ਨਹੀਂ ਡਾਕਟਰ ਸਾਹਿਬ ਹੁਣ ਤਾਂ ਤੁਸੀਂ ਕਹੋ ਨਾ ਕਹੋ ਆਪ ਹੀ ਤੁਸੀਂ ਮਹਾਰਾਜ ਡਾਕਟਰ ਸਾਹਿਬ ਆਗੇ ਸੀ ਫਿਰ ਚੰਗੀ ਗੱਲ ਹੈ ਕਹਿੰਦੀ ਬੈਠਕ ਤੇ ਜਾਣਾ ਮੈਂ ਕਿਹਾ ਚਲੋ ਮੈਂ ਵੀ ਨਾਲ ਚੱਲਦਾ ਫਿਰ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜਾਣ ਪਛਾਣ ਕਰਾਓ ਡਾਕਟਰ ਸਾਹਿਬ ਤੁਸੀਂ ਜਾਣਦੇ ਨਹੀਂ ਮੈਂ ਤਾਂ ਜਾਣਦਾ ਆਪਣੇ ਹੋਰ ਵੀ ਜਾਣਨ ਵਾਲੇ ਆ ਨਾ ਓ ਠੀਕ ਹੈ ਠੀਕ ਹੈ ਠੀਕ ਹੈ ਇਹਨੇ ਡਾਕਟਰ ਚਤੁਰਜੀਤ ਸਿੰਘ ਜੀ ਰਤਨ ਰਤਨ ਸਾਹਿਬ ਡਾਕਟਰ ਚਤੁਰਜੀਤ ਸਿੰਘ ਰਤਨ ਜੀ 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 ਇਹਨਾਂ ਨੂੰ ਬਾਗਵਾਨੀ ਵਿਭਾਗ ਦੇ ਵਿੱਚ ਹੀ ਬਾਗਵਾਨੀ ਵਿਕਾਸ ਅਫਸਰ ਲੱਗੇ ਹੋਏ ਨੇ ਜੀ ਰੂਪਨਗਰ ਚ ਆਪਣੀ ਸੇਵਾ ਨਿਵਾਰੇ ਨੇ ਆਹ ਜੀ ਐਨੂੰ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਬਾਗੋ ਬਾਗ ਹੋ ਗਿਆ ਮੰਨ ਤੁਹਾਨੂੰ ਦੇਖ ਕੇ ਤੇ ਹੈਗੇ ਤੁਸੀਂ ਰਤਨ ਉਹ ਤਾਂ ਹੁਣ ਰਤਨ ਵਾਲਾ ਖਜ਼ਾਨਾ ਤੇ ਅਸੀਂ ਖਾਲੀ ਕਰਾ ਕੇ ਜਾਣ ਦੀ ਬਿਲਕੁਲ 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 ਜਰੂਰ ਜਰੂਰ ਆਹ ਦੇਖੋ ਇਹਦਾ ਹੁੰਦੀ ਆ ਭਈ ਤੁਸੀਂ ਸਾਡੇ ਕੋਲ ਆਉਨੇ ਹੋ ਤੇ ਸਾਡੀਆਂ ਆਧੀਆਂ ਸਮੱਸਿਆਵਾਂ ਦਾ ਹੱਲ ਕਰਕੇ ਜਾਣੇ ਹੋ ਇੱਥੇ ਹੂੰ ਇਹ ਸਾਡੇ ਲਈ ਬਹੁਤ ਵਧੀਆ ਗੱਲ ਆ ਹਾਂਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਹਾਂਜੀ ਕੱਲ ਤੁਹਾਨੂੰ ਪਤਾ ਲੱਗਾ ਕੀ ਹੋਇਆ ਮੈਂ ਜਦੋਂ ਪਿੱਪਲ ਲਾਗ ਹੋ ਲੱਗਿਆ ਨਾ ਹਾਂ ਤਾਂ ਸ਼ਮਸ਼ੀਰਪੁਰਾ ਜਾਂਦੇ ਆ ਦੁਕਾਨ ਨੂੰ ਅੱਛਾ ਮੈਂ ਪਿੱਛੋਂ ਮਾਰ ਲਈ ਆਵਾਜ਼ ਅੱਛਾ ਮੈਂ ਕਿਹਾ ਬਾਬਾ ਗੱਲ ਸੁਣ ਕੇ ਜਾਈਓ ਮੇਰੇ ਗੱਲ ਪੈ ਗਿਆ ਕੀ ਕਹਿੰਦਾ ਕਹਿੰਦਾ ਤੂੰ ਪਿੱਛੋਂ ਬਾਜ ਮਾਰੀ ਆ ਪਤਾ ਨਹੀਂ ਹੁਣ ਮੈਨੂੰ ਦੁਕਾਨ ਤੋਂ ਸਮਾਨ ਮਿਲਣਾ ਕਿ ਨਹੀਂ ਮਿਲਣਾ ਕੱਲ ਤੁਹਾਡੇ ਨਾਲ ਹੋਗੀ ਅੱਜ ਸਾਡੇ ਨਾਲ ਹੋਗੀ ਅੱਛਾ ਜਦੋਂ ਅਸੀਂ ਘਰੋਂ ਨਿਕਲੇ ਨਾ ਸਾਡੇ ਪਿੱਛੇ ਆਉਂਦਾ ਸੀ ਮੈਂ ਤਾਂ ਕਿਹਾ ਵੀ ਆਪ ਇਕੱਲੇ ਆ ਅੱਛਾ ਪਿੱਛੋਂ ਬਾਜ ਮਾਰ ਰੋ ਕੋ ਰੋ ਕੋ ਕਹਿੰਦਾ ਅੱਛਾ ਕਹਿੰਦਾ ਬਿੱਲੀ ਰਸਤਾ ਕੱਟ ਗਈ ਮੈਨੂੰ ਲੱਗਾ ਯਾਰ ਕਮਾਲਾ ਇਹ ਬੁਢਾ ਸਾਡਾ ਜਿਹੜਾ ਪਿੰਡ ਦਾ ਹੈ ਇਹ ਸਾਨੂੰ ਵਹਿਮ ਭਰਮਾਂ ਦੀ ਪਾਈ ਰੱਖਦਾ ਉਹ ਵਹਿਮ ਭਰਮਾਂ ਚ ਹਾਈਦਾਂ ਦੀਆਂ ਗੱਲਾਂ ਕਰ ਕਰਕੇ ਨਾ ਅੱਧੇ ਪਿੰਡ ਚ ਲੜਾਈ ਪਾ ਰੱਖਦਾ ਹੈ ਤੇ ਇਹ ਗੱਲ ਆ ਵੀ ਜਿਹੜੇ ਵਹਿਮ ਭਰਮ ਆ ਇਹਨਾਂ ਤੋਂ ਬਚਣਾ ਨਹੀਂ ਚਾਹੀਦਾ ਮੈਂ ਕਹਾਂ ਜੀ ਬਿਲਕੁਲ ਬਚਣਾ ਚਾਹੀਦਾ ਇਹ ਦੇਖੋ ਕੋਈ ਵੀ ਚੀਜ਼ ਆ ਪ੍ਰਾਣੀਆਂ ਕਹਾਵਤਾਂ ਜਿਹੜੀਆਂ ਬਣੀਆਂ ਨਾ ਜੀ ਕਿਸੇ ਕਾਰਨ ਕਰਕੇ ਬਣੀਆਂ ਸੀ ਉਹ ਆਹ ਕਦੇ ਕੋਈ ਬਿਮਾਰੀ ਪੈ ਗਈ ਸੀ ਕਿਸੇ ਜਾਨਵਰਾਂ ਨੂੰ ਪੈ ਗਈ ਬਿੱਲੀ ਉਦੋਂ ਉਦੋਂ ਰਸਤਾ ਕੱਟ ਗਈ ਤਾਂ ਕਹਿੰਦੇ ਸੀ ਕਟਾਣੂ ਉੱਥੇ ਖਿੰਡ ਗਏ ਉਹਦੇ ਬਿਮਾਰੀ ਦੇ ਤੇ ਉੱਥੋਂ ਦੀ ਜਿਹੜਾ ਲੰਘਿਆ ਸ਼ਾਇਦ ਉਹਨੂੰ ਉਹ ਪਕੜ ਦੇ ਵਿੱਚ ਨਾ ਆ ਜਾਣ ਉਹਨਾਂ ਕਟਾਣੂਆਂ ਦੇ ਬਿਲਕੁਲ ਬਿਲਕੁਲ ਪਰ ਅੱਜ ਕੱਲ੍ਹ ਹੁਣ ਬਹੁਤ ਤਰੱਕੀ ਕਰ ਗਿਆ ਈ ਜ਼ਮਾਨਾ ਕੋਈ ਇਹੋ ਜੀ ਕੋਈ ਗੱਲ ਨਹੀਂ ਰਹੀ ਹੈਗੀ ਹਨਾ ਤੇ ਪਰ ਫੇਰ ਵੀ ਆਪਾਂ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਪਿਆ ਨਹੀਂ ਚਾਹੀਦਾ ਨਹੀਂ ਚਾਹੀਦਾ ਹਾਂ ਦੇਖੋ ਸਾਇੰਸ ਨੇ ਇਹ ਸਾਨੂੰ ਬੜਾ ਕੁਝ ਦੱਸਿਆ ਬਿਲਕੁਲ ਸਾਇੰਸ ਦਾ ਯੋਗ ਹੈ ਜੀ ਹਣਾ ਹਾਂ ਹੁਣ ਇਹ ਜਿੰਨੀਆਂ ਵੀ ਪ੍ਰਾਣੀਆਂ ਇਹ ਚੀਜ਼ਾਂ ਬਣੀਆਂ ਉਹ ਠੀਕ ਹੈ ਪਤਾ ਨਹੀਂ ਕਿਸ ਸੰਦਰਭ ਚ ਕਿੱਥੋਂ ਨਿਕਲੀਆਂ ਹਾਂ ਜੀ ਹਾਂ ਹਾਂ ਪਰ ਹੁਣ ਜੇ ਅਸੀਂ ਇਹਨੂੰ ਸਾਇੰਸ ਦੇ ਉੱਤੇ ਪਰਖ ਕੇ ਦੇਖੀਏ ਇਹਨਾਂ ਚੀਜ਼ਾਂ ਨੂੰ ਕੋਈ ਇਹਦੇ ਵਿੱਚ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਸੋ ਇਸ ਕਰਕੇ ਵਹਿਮਾ ਭਰਮਾਂ ਤੋਂ ਬਚਣਾ ਹੀ ਚਾਹੀਦਾ ਬਚਣਾ ਚਾਹੀਦਾ ਜੀ ਆਪਾਂ ਨੂੰ ਬਚਣਾ ਚਾਹੀਦਾ ਆ ਪਰਮ ਜਿਹੜੇ ਆ ਇਹ ਕਈ ਵਾਰੀ ਬਹੁਤ ਜਿਆਦਾ ਵੱਡੇ ਪੱਧਰ ਤੇ ਜਾ ਕੇ ਨਾ ਤੁਹਾਡੀ ਜ਼ਿੰਦਗੀ ਖਰਾਬ ਕਰਨ ਤੱਕ ਜਾਂਦੇ ਨੇ ਦੇ ਨੂਨ ਆ ਜੀ ਇਹ ਕੀ ਕਹਿੰਦੇ ਆ ਆਪਾਂ ਉਹ ਡਿਪਰੈਸ਼ਨ ਚ ਲੈ ਜਾਂਦੇ ਆ ਇਹ ਕਹਿੰਦੇ ਬਿਲਕੁਲ ਬਿਲਕੁਲ ਹਾਂ ਚਲੋ ਸੋ ਬਚਣ ਦੀ ਲੋੜ ਆ ਬਚਣ ਦੀ ਲੋੜ ਆ ਅੱਛਾ ਮੰਡੀਆਂ ਦੇ ਭਾਅ ਅੱਜ ਕਿਹੋ ਜਿਹੇ ਸੁਣਾ ਦਿਓ ਫਿਰ ਸੁਣਾ ਦਿਓ ਮੰਡੀਆਂ ਦੇ ਭਾਅ ਅੱਜ ਜਿਹੜੇ ਰਹੇ ਆ ਜੀ ਉਹ ਇਦਾਂ ਰਹੇ ਆ ਆਲੂ ਜਲੰਧਰ ਵਿਖਿਆ 500 ਰੁਪਏ ਕੁਆਂਟਲ ਅਮਰਤਸਰ 600 ਫਾਜ਼ਲ ਕਾ 1500 ਮਾਨਸਾ 1000 ਰੁਪਏ ਜੀ ਪਟਿਆਲਾ 1200 ਰੁਪਏ ਤੇ ਅਬੋਰ ਆਲੂ ਅੱਜ ਵਿਕਿਆ 1200 ਤੇ 50 ਰੁਪਏ ਫੀ ਕੁਆਂਟੀਟੀ ਜੀ ਪਿਆਜ਼ ਜਿਹੜਾ 1500 ਵਿਕਿਆ ਜਲੰਧਰ ਹਮ 900 ਵਿਕਿਆ ਅਮਰਤਸਰ ਹਮ 2000 ਫਾਜ਼ਲ ਕਾ ਤੇ ਮਾਨਸਾ ਪਿਆਜ਼ ਅੱਜ ਵੇਚਿਆ ਜੀ 2100 ਰੁਪਏ ਕਿਵਾਂਟਲ ਅੱਛਾ ਜੀ ਪਟਿਆਲਾ 1900 ਤੇ ਅਬੋਰ ਵੀ ਸਲਾਹਨ ਵਾਲੀ ਪਿਆਜ਼ ਵੇਚਿਆ ਜੀ 1900 ਰੁਪਏ ਫੀ ਕਿਵਾਂਟਲ ਜੀ ਹੂੰ ਟਮਾਟਰ ਜਲੰਧਰ 4800 ਰੁਪਏ ਕਿਵਾਂਟਲ ਬੱਲਾ ਬੱਲਾ ਅੰਮ੍ਰਿਤਸਰ 6000 ਹੂੰ ਤੇ ਫਾਜ਼ਿਲਕਾ 15000 ਰੁਪਏ ਜੀ ਓਹ ਮਾਨਸਾ 7000 ਰੁਪਏ ਕਿਵਾਂਟਲ ਪਟਿਆਲਾ 9800 ਹੂੰ ਤੇ ਅਬੋਰ 8500 ਰੁਪਏ ਫੀ ਕਿਵਾਂਟਲ ਅੱਜ ਟਮਾਟਰ ਦਾ ਭਾਰਿਆ ਜੀ ਬੈਂਗਣ ਜਿਹੜਾ ਚੌਂਸਾ ਵਾ ਅੱਜ ਵੇਚਿਆ ਜਲੰਧਰ ਵਿਕਿਆ 900 ਰੁਪਏ ਹੂੰ 1200 ਵਿਕਿਆ ਅੰਮ੍ਰਿਤਸਰ 3500 ਵਿਕਿਆ ਜੀ ਫਾਜ਼ਲ ਕਾ ਹੂੰ ਤੇ ਮਾਨਸਾ ਬੈਂਗਣਾ ਜਿਵੇਂ ਕਿਹਾ ਜੀ 1500 ਰੁਪਏ ਕੁਆਂਟਲ ਹੂੰ ਪਟਿਆਲਾ 2800 ਰੁਪਏ ਤੇ ਅਬੋਰ ਅੱਜ ਬੈਂਗਣਾ ਦਾ ਭਾਜ ਜਿਹੜਾ 2500 ਰੁਪਏ ਫੀ ਕੁਆਂਟਲ ਰਿਆਜ ਕਿ ਆ 700 ਰੁਪਏ ਵਿਕਿਆ ਜੀ ਜਲੰਧਰ ਅੰਮ੍ਰਿਤਸਰ 1500 ਰੁਪਏ ਕੁਆਂਟਲ ਫਾਜ਼ਲ ਕਾ 1200 ਰੁਪਏ ਕੁਆਂਟਲ ਮਾਨਸਾ 2100 ਰੁਪਏ ਕੁਆਂਟਲ ਪਟਿਆਲਾ 1100 ਰੁਪਏ ਕੁਆਂਟਲ ਤੇ ਅਬੋਰ ਵੀ ਕੀ ਇਹਦਾ ਜਿਹੜਾ ਭਾਅ ਰਿਹਾ ਜੀ ਉਹ 1100 ਰੁਪਏ ਠੀਕ ਕਵਾਂਟਲ ਰਿਆਜ ਜੀ ਇਹ ਤਾਂ ਸਿਗੇ चौहान ਸਾਹਿਬ ਮੰਡੀਆਂ ਦੇ ਭਾਅ ਜੀ ਦਿੱਤੇ ਆਪਾਂ ਸੁਣਾ ਹਾਂ ਹੁਣ ਡਾਕਟਰ ਸਾਹਿਬ ਨਾਲ ਗੱਲਬਾਤਾਂ ਕਰਨੀਆਂ ਬਿਲਕੁਲ ਜੀ ਤੇ ਡਾਕਟਰ ਸਾਹਿਬ ਤੁਹਾਡੇ ਨਾਲ ਜਿਹੜੀ ਅੱਜ ਅਸੀਂ ਗੱਲਬਾਤ ਕਰਨੀ ਹੈ ਉਹਦਾ ਵਿਸ਼ਾ ਹੈ ਸਾਡਾ ਬਾਗਬਾਨੀ ਨੂੰ ਪਰਫੁੱਲਤ ਕਰਨ ਲਈ ਵਿਭਾਗ ਦੀਆਂ ਸਹੂਲਤਾਂ ਹਾਂਜੀ ਇਸ ਵਿਸ਼ੇ ਤੇ ਤੁਹਾਡ ਤੋਂ ਜਾਣਕਾਰੀ ਲੈਣੀ ਹੈ ਜਰੂਰ ਜੀ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਦੋਂ ਆਪਾਂ ਵਿਭਾਗ ਦੀ ਗੱਲ ਕਰਦੇ ਆ ਮਾਹਰ ਖੋਜਾਂ ਕਰਦੇ ਆ ਹਾਂਜੀ ਉਹ ਖੋਜ ਕਰਕੇ ਵਿਭਾਗਾਂ ਵਿਭਾਗਾਂ ਕੋਲ ਪਹੁੰਚਦੀ ਹੈ ਠੀਕ ਹੈ ਜੀ ਬਿਲਕੁਲ ਜੀ ਉਹਨੂੰ ਗਾਹਾਂ ਵਧਾਉਣ ਲਈ ਸਕੀਮ ਬਣਦੀ ਹੈ ਬਿਲਕੁਲ ਇੱਕ ਵਿਉਂਤਬੰਦੀ ਹੁੰਦੀ ਹੈ ਹੂੰ ਵੀ ਇਹ ਹੁਣ ਕਿਵੇਂ ਅੱਗੇ ਚੱਲੇ ਜਦੋਂ ਅਸੀਂ ਹੁਣ ਬਾਗਬਾਨੀ ਦੀ ਗੱਲ ਕਰਦੇ ਆ ਇਸ ਬਾਗਬਾਨੀ ਨੂੰ ਪਰਫੁੱਲਤ ਕਰਨ ਲਈ ਵੀ ਕੋਈ ਸਕੀਮ ਕੋਈ ਵਿਉਂਤਬੰਦੀ ਹੋਏਗੀ ਜੀ ਵਿਭਾਗ ਦੀ ਸਾਰਿਆਂ ਤੋਂ ਪਹਿਲਾਂ ਸਾਨੂੰ ਉਹਦੇ ਬਾਰੇ ਦੱਸੋ ਵੀ ਉਹ ਕੀ ਵਿਉਂਤਬੰਦੀ ਹੈ ਤੇ ਕਿਵੇਂ ਇਹਨੂੰ ਪਰਫੁੱਲਤ ਕਰਨ ਲਈ ਉਪਰਾਲੇ ਹੋ ਰਹੇ ਨੇ ਹਾਂਜੀ ਬਿਲਕੁਲ ਜੀ ਤੇਜਪਾਲ ਜੀ ਇੱਕ ਭਾਰਤ ਸਰਕਾਰ ਵੱਲੋਂ ਹੂੰ ਰਾਜ ਸਰਕਾਰ ਦੀ ਮਦਦ ਦੇ ਨਾਲ ਇੱਕ ਸਕੀਮ 2005 ਦੇ ਵਿੱਚ ਲਿਆਂਦੀ ਗਈ ਸੀ ਜਿਹਨੂੰ ਕੌਮੀ ਬਾਗਵਾਨੀ ਮਿਸ਼ਨ ਕਹਿੰਦੇ ਆ ਜੀ ਜੀ ਉਹ ਸਕੀਮ ਰਾਜ ਦੇ 23 ਜ਼ਿਲ੍ਹਿਆਂ ਵਿੱਚ ਵਿੱਚੋਂ 19 ਜ਼ਿਲ੍ਹਿਆਂ ਦੇ ਵਿੱਚ ਉਹ ਸਕੀਮ ਚੱਲ ਰਹੀ ਹੈ ਜੀ ਅੱਛਾ ਜੀ ਤੇ ਆਪਣੇ ਚਾਰਜ ਲੈਨੇ ਜਿਹੜੇ ਰੂਪਨਗਰ ਮੋਗਾ ਬਰਨਾਲਾ ਤੇ ਮਾਨਸਾ ਜੀ ਇਹਨਾਂ ਦੇ ਵਿੱਚ ਇੱਕ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਜੀ ਜਿਹਨੂੰ ਆਰ ਕੇ ਵਾਈ ਸਕੀਮ ਕਹਿੰਦੇ ਆ ਅੱਛਾ ਜੀ ਉਹ ਸਕੀਮ ਲਾਗੂ ਕੀਤੀ ਜਾ ਰਹੀ ਹੈ ਜੀ ਹੂੰ ਜਿਹਦੇ ਤਹਿਤ ਵੱਖ-ਵੱਖ ਗਤੀਵਿਧੀਆਂ ਨੇ ਜਿਵੇਂ ਕਿਸੇ ਨੇ ਬਾਗ ਲਾਉਣਾ ਹੈ ਸਬਜ਼ੀ ਲਾਉਣੀ ਹੈ ਜੀ ਕੋਈ ਖੁੰਮਾ ਦਾ ਕੰਮ ਕਰਨਾ ਹੈ ਕੋਈ ਮੱਖੀ ਪਾਲਣ ਦਾ ਕੰਮ ਕਰਨਾ ਹੈ ਹੂੰ ਇਦਾਂ ਦੇ ਕਿਤੇ ਜੇ ਕਿਸੇ ਮਸ਼ੀਨਰੀ ਲੈਣੀ ਹੈ ਉਹਦੇ ਤੇ ਜਿਹੜੀ ਹੈਗੀ ਆ ਉਹ ਵਿਤੀ ਸਹਾਇਤਾ ਜਿਹੜੀ ਜ਼ਿੰਮੇਦਾਰ ਨੂੰ ਦਿੱਤੀ ਜਾਂਦੀ ਹੈ ਜੀ 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 ਦੇਖੋ ਬਹੁਤ ਵਧੀਆ ਸਕੀਮ ਆ ਜੀ ਆਹ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਬਿਲਕੁਲ ਹੈਨਾ ਤੋ ਉਹ ਚੱਲ ਰਹੀ ਆ ਤੇ ਬਾਗਬਾਨੀ ਮਿਸ਼ਨ ਚੱਲ ਰਿਹਾ ਇਹਨਾਂ ਦਾ ਅੱਛਾ ਦਾ ਸਭ ਗੱਲ ਇਹ ਆ ਵੀ ਕੋਈ ਬੰਦਾ ਕਣਕ ਛੋਣਾ ਛੱਡ ਕੇ ਬਾਗ ਲਾਉਣਾ ਚਾਹੁੰਦਾ ਹੈ ਬਿਲਕੁਲ ਹੈਨਾ ਤੋ ਕਿੰਨੀ ਕੁ ਸਹੂਲਤਾਂ ਨੂੰ ਕਿੰਨੀ ਕੁ ਸਬਸਿਡੀ ਆਪਾਂ ਵਿਭਾਗਾਂ ਦੇ ਵੱਲੋਂ ਦੇ ਦਿੰਨੇ ਆ ਤਾਂ ਕਿ ਉਹ ਬੰਦਾ ਥੋੜਾ ਜਿਹਾ ਕਿਉਂਕਿ ਬਾਗ ਲਾਉਣ ਤੇ ਖਰਚਾ ਕਾਫੀ ਆ ਜਾਂਦਾ ਪੈਂਦਾ ਆ ਜਾਂਦਾ ਹੈ ਨਾ ਸੋ ਕਿੰਨੀ ਕੁ ਸਬਸਿਡੀ ਆਪਣਾ ਵਿਭਾਗ ਦੇ ਦਿੰਦਾ ਉਹਦੇ ਵਾਸਤੇ ਜੀ ਦੇਖੋ ਜੇ ਕਿਸੇ ਨੇ ਅਮਰੂਦ ਦਾ ਬਾਗ ਲਾਉਣਾ ਹੈ ਆਮ ਦਾ ਲਾਉਣਾ ਹੈ ਲੀਚੀ ਦਾ ਲਾਉਣਾ ਹੈ ਕਿੰਨੂ ਦਾ ਬਾਗ ਲਾਉਣਾ ਜੀ ਇਸ ਤੇ ਜੇ ਨੋਰਮਲ ਫਾਈ ਡੈਂਸਟੀ ਹੈ ਜਿਹੜੇ ਇੱਕ ਤੇ ਹਾਈ ਡੈਂਸਟੀ ਹੁੰਦੀ ਘਣੀ ਸੰਘਣੀ ਖੇਤੀ ਜਿਹਨੂੰ ਕਹਿ ਦਿੰਦੇ ਜੇ ਤੇ ਆਮ ਫਾਸਲੇ ਤੇ ਲਾਉਣਾ ਬਾਗ ਤੇ ਫਿਰ ਤੇ 50000 50% ਸਬਸਿਡੀ ਆ ਜੀ ਤੇ 30000 ਰੁਪਿਆ ਇੱਕ ਹਕਟੇਰ ਪਿੱਛੇ ਹਮ ਬਾਗਬਾਨੀ ਵਿਭਾਗ ਹਸੂਲਤ ਦਿੰਦਾ ਜੀ ਇਹ ਜਿਹੜੀ ਸਬਸਿਡੀ ਆ ਇਹਦੇ ਚ ਇੱਕ ਸ਼ਰਤ ਰੱਖਦਾ ਜੀ ਵਿਭਾਗ ਹਮ ਕਿ ਇਹ ਸਬਸਿਡੀ ਤਿੰਨ ਕਿਸ਼ਤਾਂ ਦੇ ਵਿੱਚ ਦਿੰਦੇ ਆ ਜੀ ਆਪਾਂ ਹਮ ਅੱਛਾ ਜੀ ਪਹਿਲੀ ਕਿਸ਼ਤ ਜਿਹੜੀ ਜਦੋਂ ਬੰਦਾ ਬਾਗ ਲਾ ਦਿੰਦਾ ਜੀ ਜ਼ਿਮੀਦਾਰ ਉਹਨੂੰ 60% ਹਿੱਸਾ ਜਿਹੜਾ ਉਹਦੀ ਸਬਸਿਡੀ ਦਾ ਪਹਿਲੇ ਸਾਲ ਚ ਦਿੰਨੇ ਆ ਠੀਕ ਆ ਜੀ ਤੇ 20% ਦੂਜੇ ਸਾਲ ਚ ਤੇ ਤੀਜੇ ਸਾਲ ਚ ਅੱਛਾ ਦੂਜੇ ਸਾਲ ਚ ਜਿਹੜੇ ਉਹਨੇ ਬਾਗ ਲਗਾਇਆ ਜੀ ਉਹਦਾ ਜਿਹੜਾ ਬਾਗ ਦੀ ਸਰਵਾਈਵਲ ਹੈ ਉਹ 75 90% ਹੋਣੀ ਚਾਹੀਦੀ ਹੈ ਜੀ ਅੱਛਾ ਠੀਕ ਹੈ 75 ਤੋਂ 90% ਉਹਦੀ ਸਰਵਾਈਵਲ ਹੋਵੇ ਤੇ ਫਿਰ ਦੂਜੇ ਸਾਲ ਚ ਤੇ ਬਾਕੀ ਦੀ ਰਹਿੰਦੀ 20% ਆ ਜਿਹੜੀ ਉਹ 90% ਸਰਵਾਈਵਲ ਹੋਵੇ ਤੇ ਫਿਰ ਤੀਜੇ ਸਾਲ ਚ ਕਿਸ ਤੇ ਦਿੰਨੇ ਆ ਜੀ ਅੱਛਾ ਕਹਿਣ ਦਾ ਭਾਵ ਇਹਨਾਂ ਦਾ ਇਹ ਆ ਵੀ ਇਹਨਾਂ ਉਹ ਬੰਦਾ ਸਬਸਿਡੀ ਲੈ ਕੇ ਤੇ ਪੱਟ ਦੇਵੇ ਬਿਲਕੁਲ ਜੀ ਬਿਲਕੁਲ ਵੀ ਆਪਣੇ ਹੱਥ 'ਚ ਕੁਝ ਰੱਖੋ ਹਨਾ ਆਹੋ ਇਹ ਵੀ ਨਾ ਹੋਵੇ ਵੀ ਸਬਸਿਡੀ ਲੈ ਕੇ ਮੁੜ ਕੇ ਭੁੱਲੇ ਜਾਵੇ ਵੀ ਇਹਨਾਂ ਨੂੰ ਪਾਣੀ ਵੀ ਲਾਉਣਾ ਆਹੋ ਇਹਨਾਂ ਨੂੰ ਪਾਣੀ ਵੀ ਲਾਉਣਾ ਆਹਾ ਹਾ ਹਾ ਬਹੁਤ ਵਧੀਆ ਗੱਲ ਆ ਹਾਂ ਜੇ ਲਾਉਣੇ ਆ ਤਾਂ ਉਹਦੀ ਦੇਖਭਾਲ ਕਰਨੀ ਪਊਗੀ ਪੂਰੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ 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 ਅੱਛਾ ਡਾਕਟਰ ਸਾਹਿਬ ਜਦੋਂ ਤੁਸੀਂ ਅਮਰੂਦਾਂ ਦੀ ਗੱਲ ਕੀਤੀ ਆ ਅੰਬਾਂ ਦੀ ਗੱਲ ਕੀਤੀ ਆ ਜਾਂ ਹੋਰ ਬਾਗਾਂ ਦੀ ਗੱਲ ਕੀਤੀ ਆ ਹਾਂ ਜੀ ਹੁਣ ਜੇ ਮੈਂ ਸਬਜ਼ੀਆਂ ਵਾਲੇ ਪਾਸੇ ਨੂੰ ਜਾਣਾ ਹੋਵੇ ਬਿਲਕੁਲ ਜਾਂ ਮੈਂ ਚਾਹਾਂ ਵੀ ਮੈਂ ਫੁੱਲਾਂ ਦੀ ਖੇਤੀ ਕਰਨੀ ਆ ਬਿਲਕੁਲ ਜੀ ਬਿਲਕੁਲ ਹਨਾ ਤੇ ਜਦੋਂ ਆਪਾਂ ਖੇਤੀਬਾੜੀ ਇਹਨਾਂ ਦੀ ਵੀ ਕਰਦੇ ਆ ਤੇ ਵਿੱਤੀ ਲੋੜ ਤੇ ਪੈਂਦੀ ਆ ਉਹਦੇ ਚ ਕੋਈ ਵਿਭਾਗ ਸਹਾਇਤਾ ਕਰਦਾ ਜੀ ਵਿੱਤੀ ਹਾਂਜੀ ਉਹਦੇ ਵਿੱਚ ਵੀ ਇਹਨਾਂ ਸਕੀਮਾਂ ਦੇ ਤਹਿਤ ਉਹਨਾਂ ਵਿੱਚ ਵੀ ਸਬਸਿਡੀ ਹੈਗੀ ਆ ਜੀ ਜੇ ਕਿਸੇ ਨੇ ਸਬਜ਼ੀਆਂ ਦੀ ਖਾਦ ਕਰਨੀਆਂ ਜੀ ਜਿੱਦਾਂ ਕਿ ਦੋ ਗੁਲੀਆਂ ਕਿਸਮ ਜਿਹਨਾਂ ਨੂੰ ਹਾਈਬ੍ਰਿਡ ਸਬਜ਼ੀ ਦੀ ਕਾਸ਼ਟ ਕਹਿੰਦੇ ਆ ਹਾਂਜੀ ਹਾਂਜੀ ਉਹਦੇ ਉੱਤੇ 50000 ਖਰਚਾ ਲਗਭਗ ਹੈਕਟੇਰ ਤੇ ਆਉਂਦਾ ਜੀ ਤੇ ਜਿਹਦੇ ਤੇ 40% ਸਬਸਿਡੀ ਆ ਮਹਿਕਮਾ ਉਹ 20000 ਰੁਪਇਆ ਪ੍ਰਤੀ ਹੈਕਟੇਰ ਅੱਛਾ ਜੀ ਉਹ ਜ਼ਿਮੇਦਾਰ ਨੂੰ ਆਪਾਂ ਸਬਸਿਡੀ ਦਿੰਨੇ ਆ ਜੀ ਹੂੰ ਤੇ ਫੁੱਲਾਂ ਦੀ ਜੇ ਇਹ ਗੱਲ ਕਰਦੇ ਆ ਤੇ ਫੁੱਲਾਂ ਦੇ ਵਿੱਚ ਨੂੰ ਆਪਾਂ ਦੋ ਹਿੱਸਿਆਂ ਚ ਵੰਡਿਆ ਜੀ ਇੱਕ ਕਹਿੰਦੇ ਕੱਟ ਫਲਾਵਰ ਹੂੰ ਜਿਵੇਂ ਕਿ ਜਿਹੜੇ ਡੰਡੀ ਸਮੇਤ ਆਉਂਦੇ ਆ ਜੀ ਜਿੱਦਾਂ ਕਿ ਗੁਲਾਬ ਹੋ ਗਿਆ ਜੀ ਜੀ ਹਨਾ ਜਰਬਰਾ ਹੋ ਗਿਆ ਹੂੰ ਇਹਦੀ ਜੇ ਕਿਸੇ ਨੇ ਕੀਤੀ ਕਰਨੀ ਆ ਜੀ ਤੇ 40 ਪ੍ਰਤੀਸ਼ਤ ਸਬਸਿਡੀ ਇਹਦੇ ਤੇ ਵੀ ਹੈਗੀ ਆ ਜੀ ਅੱਛਾ ਜੀ ਜਿਹੜੇ ਛੋਟੇ ਜ਼ਿਮੀਦਾਰ ਨੇ ਉਹਨਾਂ ਵਾਸਤੇ 40 ਪ੍ਰਤੀਸ਼ਤ ਆ ਤੇ ਜਿਹੜੇ ਵੱਡੇ ਜ਼ਿਮੀਦਾਰ ਨੇ ਉਹਨਾਂ ਵਾਸਤੇ 25 ਪ੍ਰਤੀਸ਼ਤ ਸਬਸਿਡੀ ਇਹਨਾਂ ਤੇ ਵੀ ਹੈਗੀ ਹੈ ਹੂੰ ਤੇ ਇਸੇ ਤਰ੍ਹਾਂ ਜਿਹੜੇ ਦੂਜੇ ਖੁੱਲੇ ਫੁੱਲ ਜਿਹਨੂੰ ਕਹਿੰਦੇ ਆਪਾਂ ਓਪਨ ਜਿਹੜੇ ਲੂਸ ਫਲਾਵਰ ਨੇ ਜਿਵੇਂ ਕਿ ਗਿੰਦਾ ਆ ਗਿਆ ਜੀ ਉਹਨਾਂ 'ਚ ਆ ਉਹਦੇ ਵਿੱਚ ਜੇ ਕਿਸੇ ਨੇ ਖੇਤੀ ਕਰਨੀ ਹੈ ਜੀ ਤੇ 1 ਹੈਕਟੇਅਰ ਪਿੱਛੇ ਆਪਾਂ ਜਿਹੜੇ ਛੋਟੇ ਜ਼ਿਮੀਦਾਰ ਆ ਉਹਨੂੰ 16000 ਰੁਪਿਆ 1 ਹੈਕਟੇਰ ਪਿੱਛੇ ਤੇ ਜਿਹੜੇ ਵੱਡੇ ਜ਼ਿਮੀਦਾਰ ਨੇ ਉਹਨਾਂ ਨੂੰ 10000 ਰੁਪਿਆ 1 ਹੈਕਟੇਰ ਪਿੱਛੇ ਸਬਸਿਡੀ ਦਿੱਤੀ ਜਾਂਦੀ ਹੈ ਜੀ ਇਹ ਜਿਹੜਾ 20000 ਤੁਸੀਂ ਸਬਜ਼ੀਆਂ ਦਾ ਦੱਸਿਆ ਇਹ ਹੈਕਟੇਰ ਦਾ ਇਹ ਹੈਕਟੇਰ ਦਾ ਜੀ ਇਹ 2.5 ਏਕੜ ਦਾ ਹੈ 2.5 ਏਕੜ ਦਾ ਜੀ ਹਾਂਜੀ ਠੀਕ ਆ ਜੀ ਠੀਕ ਆ ਇਹ ਸਾਰੀ ਸਬਸਿਡੀ ਡਾਕਟਰ ਸਾਹਿਬ 2.5 ਏਕੜਤੀ ਦੱਸ ਰਹੇ ਆ 2.5 ਏਕੜ ਦਾ ਹਾਂਜੀ ਨਹੀਂ ਮੈਂ ਇਸ ਕਰਕੇ ਪੱਕਾ ਕੀਤਾ ਵੀ ਭਾਈ ਕੋਈ ਭੁਲੇਖਾ ਨਾ ਖਾ ਜਾਏ ਹਾਂ ਬਿਲਕੁਲ 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 ਇਹ ਕਈ ਵਾਰੀ ਨਹੀਂ ਪਤਾ ਲ ਗੱਲ ਇਹ ਵੀ ਸੁਰੱਖਿਅਤ ਖੇਤੀ ਦਾ ਜ਼ਮਾਨਾ ਆ ਰਿਹਾ ਹਾਂ ਕਿ ਬਹੁਤ ਕਿਉਂਕਿ ਕੈਮੀਕਲ ਖਾਦਾਂ ਬੜੀਆਂ ਪੈ ਰੀਆਂ ਨੇ ਸਾਡਾ ਹੁਣ ਨਾ ਆਪ ਵੀ ਮਨ ਕਰਦਾ ਵੀ ਸੁਰੱਖਿਅਤ ਖੇਤੀ ਕਰੀਏ ਬਿਲਕੁਲ ਵਿਭਾਗ ਉਪਰਾਲੇ ਕੀ ਕਰ ਰਿਹਾ ਤੇ ਕੀ ਕਿਸਾਨ ਇਹਦੇ ਨਾਲ ਜੁੜ ਰਹੇ ਆ ਥੋੜਾ ਜਿਹਾ ਇਹਦੀ ਸੰਬੰਧੀ ਸਾਨੂੰ ਜਰੂਰ ਦੱਸੋ ਬਿਲਕੁਲ ਜੀ ਸਾਡਾ ਸਾਬ ਇਸ ਗੱਲ ਤੇ ਆਵਾਂਗੇ ਆਪਾਂ ਅੱਛਾ ਜਿਹੜਾ ਸਵਾਲ ਹੈ ਇੱਕ ਬਾਹਰੋਂ ਸਵਾਲ ਆ ਰਿਹਾ ਕਿਸੇ ਕਿਸਾਨ ਵੀਰ ਦਾ ਫੋਨ ਆ ਗਿਆ ਹੁੰਦਾ ਬਹੁਤ ਲੈ ਲਈਏ ਜਰੂਰ ਜੀ ਹੈਲੋ ਜੀ ਹਾਂ ਜੀ ਦਾਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੌਣ ਸਾਹ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਜੀ ਫਤਿਹਗੜ੍ਹ ਸਾਹ ਤੋਂ ਬੋਲਦਾ ਹੂੰ ਜੀ ਸਵਾਲ ਪੁੱਛੋ ਜੀ ਹਾਂ ਅਭਾ ਜੀ ਤੁਸੀਂ ਜਿ ਸਾਜ ਪੀ ਇਹ ਉਗਰ ਰਿਹਾ ਤਾਂ ਪਾਣੀ ਬਣਾ ਚੱਲਦਾ ਹੂੰ ਜੀ ਹਾਂ ਜੀ ਬਾਗ ਲਾਉਣਾ ਹੂੰ ਪਹਿਲੀ ਵਾਰ ਹੂੰ ਜੀ ਬਾਗ ਕਿੰਨੇ ਸਾਲ ਦੀ ਲਾਵਾਂਗੇ 2 ਕਿੱਲੇ ਲਾਵਾਂ ਪਹਿਲੀ ਵਾਰ ਅਚਾਰੀ ਆਵਾਜ਼ ਥੋੜੀ ਆ ਨਹੀਂ ਆਵਾਜ਼ ਉਹ ਮੈਂ ਲਾਦਾ ਸਬਸਿਡੀ ਦੀ ਕੋਈ ਗੱਲ ਕੀਤੀ ਹੈ ਪਹਿਲੀ ਵਾਰ ਬਾਗ ਲਾਉਣਾ ਪਹਿਲੀ ਵਾਰੀ ਬਾਗ ਲਾਉਣਾ ਤੇ ਅਸੀਂ ਕਹਿੰਨੇ ਕਿ ਅਮਰੂਦਾਂ ਦੇ ਵਿੱਚ ਬੜਾ ਫਾਇਦਾ ਵਾ ਅੱਜਕੱਲ ਤੇ ਅਮਰੂਦਾਂ ਦਾ ਬਾਗ ਤੁਸੀਂ ਲਗਾ ਸਕਦੇ ਜੇ ਉਹਦੇ ਵਾਸਤੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ 40 ਤੋਂ 50% ਜਿਹੜਾ ਹੈਗਾ ਮਹਿਕਮਾ ਉਹ ਵਿਤੀ ਸਹਾਤਾ ਦਿੰਦਾ ਜੀ ਜੀ ਇਸ ਤੋਂ ਇਲਾਵਾ ਮੈਂ ਥੋੜੀ ਜੀ ਇੱਕ ਇਹ ਇਹਨਾਂ ਨੂੰ ਸੁਜੈਸ਼ਨ ਦਿੰਨਾ ਕਿ ਜਦੋਂ ਵੀ ਕੋਈ ਬਾਗ ਲਾਉਣਾ ਵਾ ਤੇ ਉਹਦੇ ਵਾਸਤੇ ਮਿੱਟੀ ਦੀ ਜਿਹੜੀ ਜਾਂਚ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਉਹ ਬਹੁਤ ਜ਼ਰੂਰੀ ਹੈ ਜੀ ਉਹਦੇ ਵਾਸਤੇ ਤੁਸੀਂ ਆਪਣੇ ਬਲਾਕ ਦੇ ਜਿਹੜੇ ਬਾਗਬਾਨੀ ਵਿਕਾਸ ਅਫਸਰ ਨੇ ਸਾਡੇ ਵਿਭਾਗ ਦੇ ਉਹਨਾਂ ਨਾਲ ਤਾਲਮਿਲ ਕਰੋ ਉਹ ਤੁਹਾਨੂੰ ਚੰਗੀ ਤਰ੍ਹਾਂ ਸਾਰਾ ਉਹ ਗਾਈਡ ਕਰਨਗੇ ਕਿੱਥੋਂ ਟੈਸਟ ਕਰਉਣਾ ਵਾ ਤੇ ਕਿੱਦਾਂ ਬਾਗ ਰੋਣਾ ਕਿੱਦਾਂ ਨਿਸ਼ਾਨਦੇਹੀ ਕਰਨੀ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਉਹਦੇ ਵਾਸਤੇ ਤੁਹਾਨੂੰ ਸਾਰੇ ਜਿਹੜੇ ਗਿਆ ਉਹ ਤਕਨੀਕੀ رائے ਜਿਹੜੀ ਗਿਆ ਉਹ ਦੇ ਸਕਦੇ ਆ ਜੀ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਸਬਸਿਡੀ ਦੀ ਗੱਲ ਕਰਦੇ ਸੀ ਚੌਹਣ ਸਾਹਿਬ ਤੁਸੀਂ ਇਹ ਸਵਾਲ ਦਾ ਆਪਣਾ ਇੱਕ ਮਿੰਟ ਲਈ ਰੋਕ ਲਿਓ ਹਾਂਜੀ ਉਹ ਜਿਹੜੀ ਸਬਸਿਡੀ ਆ ਜਦੋਂ ਹੁਣ ਬਾਗਾਂ ਦੀ ਆਪਾਂ ਗੱਲ ਕਰਦੇ ਆਂ ਇਹੇ ਸਬਸਿਡੀ ਲੈਣ ਲਈ ਕੋਈ ਟ੍ਰੇਨਿੰਗ ਵਗੈਰਾ ਪਹਿਲਾਂ ਲੈਣੀ ਜ਼ਰੂਰੀ ਆ ਜਾਂ ਵੈਸੇ ਵੀ ਆਪਾਂ ਨੂੰ ਪਤਾ ਹੀ ਆ ਬਾਗਾਂ ਦਾ ਤੇ ਕਾਫੀ ਪਤਾ ਵੀ ਆ ਕਿ ਉਹਦੇ ਚ ਇਦਾਂ ਦਾ ਤਾਂ ਨਹੀਂ ਕੋਈ ਹੁੰਦਾ ਇਹ ਸਾਰੀ ਜਿਹੜੀਆਂ ਗਤੀਵਿਧੀਆਂ ਨੇ ਬਾਗਬਾਨੀ ਦੀਆਂ ਉਹ ਸਾਰਿਆਂ ਤੇ ਤੇ ਨਹੀਂ ਇਹ ਚੀਜ਼ ਲਾਗੂ ਹੁੰਦੀ ਜੀ ਪਰੰਤੂ ਜਿੱਦਾਂ ਝੋਨ ਸਾਹਿਬ ਨੇ ਗੱਲ ਕੀਤੀ ਸੀ ਪ੍ਰੋਟੈਕਟਿਡ ਕલ્ਟੀਵੇਸ਼ਨ ਦੀ ਸੁਰੱਖਿਅਤ ਖੇਤੀ ਦੀ ਬਿਲਕੁਲ ਉਹਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਇੱਕ ਸਾਰਿਆਂ ਨੂੰ ਸ਼ਾਇਦ ਪਤਾ ਹੈ ਕਿ ਆਪਣਾ ਜਿਹੜਾ ਇੰਡੋ-ਇਜ਼ਰਾਈਲ ਪ੍ਰੋਜੈਕਟ ਆ ਜਿਹੜਾ ਇਜ਼ਰਾਈਲ ਸਰਕਾਰ ਦੇ ਨਾਲ ਰਲ ਕੇ ਅਸੀਂ ਪੰਜਾਬ ਸਰਕਾਰ ਨੇ ਤੇ ਵਿਭਾਗ ਬਾਣੀ ਗਰੀ ਵਿਭਾਗ ਨੇ ਹਾਂਜੀ ਕਰਤਾਰਪੁਰ ਵਿਖੇ ਬਣਾਇਆ ਜੀ ਆ ਉੱਥੇ ਸੁਰੱਖਿਤ ਖੇਤੀ ਦੀ 10 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਜੀ ਜਿਹੜੇ ਸਿਰਫ 1000 ਰੁਪਏ ਇੱਕ ਫੀਸ ਲੱਗਦੀ ਆ ਰਹਿਣਾ ਖਾਣਾ ਪੀਣਾ ਉੱਥੇ ਉਹ ਵਿੱਚ ਦਿੰਦੇ ਆ ਜੀ ਅੱਛਾ ਕਿਉਂਕਿ ਪ੍ਰੋਟੈਕਟਿਡ ਕਲਟੀਵੇਸ਼ਨ ਆ ਜਿਹੜੀ ਉਹ ਥੋੜੀ ਜੀ ਸੈਂਸਿਟਿਵ ਆ ਹੂੰ ਉਹਦੇ ਵਾਸਤੇ ਟ੍ਰੇਨਿੰਗ ਦੀ ਬਹੁਤ ਜ਼ਰੂਰੀ ਆ ਜੀ ਹੂੰ ਤੇ ਅਸੀਂ ਇੱਕ ਸ਼ਰਤ ਵੀ ਰੱਖੀ ਆ ਕਿ ਇਹ ਸਬਸਿਡੀ ਆਪਾਂ ਤਾਂ ਦਿੰਨੇ ਆ ਜੀ ਜੇ ਕਿਸੇ ਨੇ ਉਹ ਟ੍ਰੇਨਿੰਗ ਲਈ ਹੋਵੇ ਇਹ ਨਹੀਂ ਕਿ ਕੋਈ ਬੰਦਾ ਪੋਲੀਓਸ ਲਾ ਲਵੇ ਹੂੰ ਤੇ ਉਸ ਤੋਂ ਬਾਅਦ ਉਹਨੂੰ ਉਹ ਕੰਮ ਕਰਨਾ ਨਾ ਆਵੇ ਤੇ ਉਹ ਪੈਸੇ ਵੀ ਵਿਅਰਥ ਹੋ ਜਾਂਦੇ ਆ ਜਿਹੜੀ ਵਿਭਾਗ ਨੇ ਸਬਸਿਡੀ ਦਿੱਤੀ ਆ ਉਹ ਵੀ ਵਿਅਰਥ ਜਾਂਦੀ ਆ ਜੀ 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 ਇਸ ਕਰਕੇ ਉਹ ਕੰਮਾਂ ਵਾਸਤੇ ਟ੍ਰੇਨਿੰਗ ਜਿਹੜੀ ਗਈ ਆ ਉਹ ਬਹੁਤ ਜ਼ਰੂਰੀ ਆ ਜੀ ਹੂੰ ਕਹਿਣ ਦਾ ਪਾਵੇ ਆ ਵੀ ਦੇਖੋ ਸੁਰੱਖਿਅਤ ਖੇਤੀ ਆ ਜਿਹੜੀ ਜਿਉ ਕਿਸਾਨ ਵੀਰ ਕਰਦਾ ਮਨ ਬਣਾਉਂਦਾ ਪੱਕਾ ਹਾਂ ਸਬਸਿਡੀ ਮਿਲਦੀ ਨਹੀਂ ਬਿਲਕੁਲ ਜੀ ਬਿਲਕੁਲ ਜੀ ਜਾਨ ਸਾਹਿਬ ਫੋਨ ਇੱਕ ਹੋਰ ਆਇਆ ਜੀ ਅੱਛਾ ਜੀ ਫੋਨ ਲੈ ਲਈਏ ਹੈਲੋ ਜੀ ਹੈਲੋ ਨਸਰ ਸਤਿ ਸ਼੍ਰੀ ਅਕਾਲ ਹੁਸੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਜੀ ਹਾਂ ਜੀ ਮੈਂ ਅਮਰਪਾਲ ਸਿੰਘ ਬਟੇਂਡਾ ਤੋਂ ਬੋਲ ਰਿਹਾ ਜੀ ਜੀ ਸਵਾਲ ਪੁੱਛੋ ਜੀ ਅਮਰਪਾਲ ਜੀ ਹਾਂ ਜੀ ਤੁਸੀਂ ਪਹਿਲਾਂ ਖੰਬਾਵਾਰੇ ਬੋਲੇ ਸੀਗੇ ਜੋਦੇਵਾਰੇ ਪੁੱਛਣਾ ਸੀਗਾ ਜੀ ਅੱਛਾ ਜੀ ਹਾਂ ਜੀ ਠੀਕ ਠੀਕ ਹਾਂ ਜੀ ਬਾਣੀ ਦਾ ਦੁਕਾਨਵਾਰੀ ਕੀ ਕਹਿੰਦਾ ਕਿ ਆਹ ਚਲੋ ਖੂਬ ਬੰਦੀ ਅੰਦਰ ਸਾਹਿਬ ਨੇ ਮੈਂ ਵੀ ਪੁੱਛਣ ਲੱਗਾ ਸੀ ਚਲੋ ਠੀਕ ਹੈ ਗੱਲ ਚੱਲੀ ਪਈ ਹੈ ਤੇ ਮੈਂ ਖੁੰਬਾ ਬਾਰੇ ਦੱਸ ਦਿਆਂ ਜੀ ਇਹ ਖੁੰਬਾ ਦੋ ਤਰੀਕੇ ਦੇ ਨਾਲ ਕਰ ਸਕਦੇ ਆ ਜੀ ਆਪਾਂ ਅੱਛਾ ਜੀ ਇੱਕ ਤੇ ਸੀਜ਼ਨਲ ਖੁੰਬਾ ਜਿਹਨੂੰ ਮੌਸਮੀ ਖੁੰਬਾ ਕਹਿੰਦੇ ਆ ਜੀ ਬਟਨ ਮਸ਼ਰੂਮ ਕਹਿੰਦੇ ਆ ਆਹ ਇਹ ਜੇ ਕਿਸੇ ਨੇ ਮੌਸਮੀ ਖੁੰਬਾ ਦਾ ਕੰਮ ਸ਼ੁਰੂ ਕਰਨਾ ਜੀ ਹੂੰ ਉਹ ਇੱਕ ਖੇਤੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਆਉਂਦੀ ਹੈ ਜੀ ਅੱਛਾ ਜੀ ਉਹ ਟ੍ਰੇਨਿੰਗ ਲੈ ਕੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਉਹਦੇ ਵਾਸਤੇ ਇੱਕ ਛੱਪਰ ਬਣਦਾ ਜੀ 60 ਫੁੱਟ ਬਾਈ 30 ਫੁੱਟ ਦਾ ਢਾਂਚਾ ਜਿਹਦੇ 'ਚ ਤੁਸੀਂ 1200 ਬੈਗ ਰੱਖ ਸਕਦੇ ਜੇ ਕੰਪੋਸਟ ਦੇ ਤਿਆਰ ਕੀਤੇ ਗਏ ਬੈਗ ਮਿਲ ਜਾਂਦੇ ਆ ਜੀ ਉਹਦੇ ਵਿੱਚ ਜਿਹੜਾ ਹੁੰਦਾ ਫਸੀ ਬੀਜ ਪਹਿਲਾਂ ਹੀ ਪਾਇਆ ਹੁੰਦਾ ਉਹਦੇ ਵਿੱਚ ਅੱਛਾ ਜੀ ਤੇ ਉਹ ਤੁਸੀਂ ਤਿਆਰ ਕੀਤੇ ਗਏ ਬੈਗ ਰੱਖ ਸਕਦੇ ਆ ਜਿਹਦੇ ਤੇ ਕੁੱਲ ਖਰਚਾ ਲਗਭਗ ਜਿਹੜਾ ਵਿਭਾਗ ਨੇ ਕੀਤਾ ਕੈਲਕੂਲੇਟ ਉਹ 2 ਲੱਖ ਰੁਪਇਆ ਤੇ ਉਹਦੇ ਤੇ 40% ਦੇ ਹਿਸਾਬ ਨਾਲ 80000 ਰੁਪਇਆ ਇੱਕ ਜ਼ਿੰਮੇਦਾਰ ਨੂੰ ਉਹ ਸਬਸਿਡੀ ਦਿੱਤੀ ਜਾਂਦੀ ਹੈ ਜੀ ਅੱਛਾ ਜੀ ਇਸੇ ਤਰ੍ਹਾਂ ਜੇ ਕਿਸੇ ਨੇ ਸਾਰਾ ਸਾਲ ਕੰਮ ਕਰਨਾ ਜੀ ਖੁੰਮਾ ਦਾ ਸਾਰਾ ਸਾਲ ਪੈਦਾ ਕਰਨੀਆਂ ਖੁੰਮਾ ਉਹਦੇ ਵਾਸਤੇ ਵੱਡੇ ਜੁਨਟ ਲੱਗਦੇ ਆ ਜੀ ਠੰਡੇ ਜੁਨਟ ਲੱਗਦੇ ਆ ਢੇਰ ਕਮਰੇ ਢੇਰੇ ਵਾਲੇ ਉਹਦੇ ਵਾਸਤੇ ਇੱਕ ਪ੍ਰੋਜੈਕਟ ਪ੍ਰਪੋਜ਼ਲ ਤਿਆਰ ਕਰਨੀ ਪੈਂਦੀ ਹੈ ਜੀ ਉਹ ਤੁਸੀਂ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਤਾਲਮਿਲ ਕਰਕੇ ਤਿਆਰ ਕਰਵਾ ਸਕਦੇ ਜੀ ਉਹਦੇ ਤੇ 20 ਲੱਖ ਰੁਪਏ ਦਾ ਉਹ ਪ੍ਰੋਜੈਕਟ ਤਿਆਰ ਹੁੰਦਾ ਜੀ ਤੇ ਜਿਹਦੇ ਦੇ 40% ਸਬਸਿਡੀ 8 ਲੱਖ ਰੁਪਿਆ ਜਿਹੜਾ ਉਹ ਹਰ ਇੱਕ ਜ਼ਿੰਮੇਦਾਰ ਨੂੰ ਦਿੱਤਾ ਜਾਂਦਾ ਜੀ ਇਹ ਉਹ ਜਿਹੇ ਚ ਆਪਣੇ ਚੱਲਦਾ ਹੁੰਦਾ কুলਰ ਜਿਹਾ ਵੀ ਉਹਦੀ ਗੱਲ ਕਰਦੇ ਮੈਂ ਉਹਦਾ ਏਸੀ ਯੂਨਿਟ ਹੁੰਦੇ ਏਸੀ ਯੂਨਿਟ ਹੁੰਦੇ ਹਾਂਜੀ ਹਾਂਜੀ ਅੱਛਾ ਗੱਲ ਇਹ ਆ ਜੀ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਆਪਾਂ ਸੁਰੱਖਿਆਤ ਕੀਤੀ ਦੀ ਤੁਸੀਂ ਕਿਹਾ ਪੋਲੀ ਹਾਊਸ ਬਣਾ ਕੇ ਤਾਂ ਅਸੀਂ ਇਹ ਖੇਤੀ ਕਰਦੇ ਆ ਤਾਂ ਉਹਨੂੰ ਅਸੀਂ ਸੁਰੱਖਿਅਤ ਕੀਤੀ ਕਹਿੰਦੇ ਆ ਬਾਹਰੋਂ ਕੋਈ ਵੀ ਪ੍ਰਜੀਵ ਆ ਜਿਹੜਾ ਉਹ ਨਹੀਂ ਅੰਦਰ ਦਾ ਬਿਲਕੁਲ ਜੀ ਹਾਂਜੀ ਅੱਛਾ ਗੱਲੇ ਵੀ ਇਹਦੇ ਵਿੱਚ ਆਪਾਂ ਕੀ ਕੀ ਲਾ ਸਕਦੇ ਆ ਥੋੜਾ ਜਿਹਾ ਵੀ ਆਪਾਂ ਜਾਣਕਾਰੀ ਦੇ ਦੀਏ ਹਾਂ ਇਹਦੇ 'ਚ ਜਦੋਂ ਆਪਾਂ ਗੱਲ ਕਰਦੇ ਆ ਸੁਰੱਖਿਅਤ ਕੀਤੀ ਦੀ ਤੇ ਇਹਦੇ 'ਚ ਆਪਾਂ ਜਿਹੜੀਆਂ ਹਾਈ ਵੈਲਿਊ ਕ੍ਰੋਪਸ ਨੇ ਜਿਹੜੀਆਂ ਜਿਹੜੀਆਂ ਮਾਰਕੀਟ 'ਚ ਮਹਿੰਗੀਆਂ ਵੇਕਦੀਆਂ ਨੇ ਜਿਵੇਂ ਕਿ ਰੰਗਦਾਰ ਸ਼ਿਮਲਾ ਮਿਰਚਾਂ ਜੀ ਹਾਂਜੀ ਹਾਂ ਚੈਰੀ ਟਮਾਟਰ ਹੋ ਗਿਆ ਜੀ ਆਹ ਦੂਜਾ ਟਮਾਟਰ ਹੋ ਗਿਆ ਜੀ ਫਿਰ ਆਪਾਂ ਫੁੱਲਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਰੋਜ਼ ਗੁਲਾਬ ਦੀ ਖੇਤੀ ਕਰ ਸਕਦੇ ਹਾਂ ਜੀ ਜਰਬਰਾ ਜਿਹੜਾ ਹੈਗਾ ਉਹਦੀ ਖੇਤੀ ਕਰ ਸਕਦੇ ਹਾਂ ਜੀ ਹੂੰ ਇੱਥੋਂ ਤੱਕ ਕਿ ਅ ਦੇ ਜਿਹੜਾ ਢਾਂਚਾ ਤਿਆਰ ਕਰਨਾ ਉਹਦੇ ਤੇ 50% ਦੀ ਸਬਸਿਡੀ ਹੈਗੀ ਹੈਗੀ ਆ ਜੀ ਹੂੰ ਜਿਹੜੇ ਕਿਸੇ ਜ਼ਿਮੀਂਦਾਰ ਨੇ ਉਹਦੇ ਚ ਇੱਕ ਸਬਜ਼ੀ ਦੀ ਖੇਤੀ ਕਰਨੀ ਆ ਜਾਂ ਫੁੱਲਾਂ ਦੀ ਖੇਤੀ ਕਰਨੀ ਆ ਉਹਦੇ ਵਾਸਤੇ ਵੀ ਪਲਾਂਟਿੰਗ ਮਟੀਰੀਅਲ ਜਿਹੜਾ ਉਹਨੇ ਵਰਤੋ ਕਰਣੀ ਆ ਉਹਦੀ ਉਹਦੇ ਤੇ ਵੀ ਮਹਿਕਮਾ 50% ਸਬਸਿਡੀ ਦਿੰਦਾ ਹੈ ਜੀ ਅੱਛਾ ਹੂੰ ਗੱਲ ਐਸੀ ਮੈਂ ਤਾਂ ਪੁੱਛਿਆ ਡਾਕਟਰ ਸਾਹਿਬ ਨੂੰ ਹੂੰ ਕਿਉਂਕਿ ਕੀਵਰੀ ਨਾ ਪੋਲੀ ਹਾਊਸ ਲਾ ਕੇ ਬੰਦਾ ਵਿੱਚ ਇਹ ਨਾ ਨਾ ਹੋਏ ਕਣਕੀ ਲਾਉਣ ਲੱਗ ਜਵੇ ਵੀ ਕਿਹੜੀ ਕਿਹੜੀ ਉੱਥੇ ਫਸਲ ਲਾਉਣੀ ਆ ਉਹ ਤਾਂ ਪਤਾ ਹੋਵੇ ਨਾ ਆ ਮੁੜ ਕੇ ਹੋਰਾਂ ਚੱਪਨ ਨੂੰ ਛੋਲੇ ਲਾਏ ਹੁਣ ਹਾਂ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਸਬਸਿਡੀ ਆਪਾਂ ਲੈਣੀ ਆ ਹਨਾ ਉਹਦੇ 'ਚ ਹੁਣ ਜੇ ਤਾਂ ਮੇਰੇ ਕੋਲ ਜ਼ਮੀਨ ਹੈਗੀ ਆ ਮੈਨੂੰ ਤੇ ਮੈਨੂੰ ਲੱਗਦਾ ਕੋਈ ਜ਼ਿਆਦਾ ਸਮੱਸਿਆ ਨਹੀਂ ਆ ਮੈਂ ਜਾ ਕੇ ਆਪਣੇ ਕਾਗਜ਼ ਦਿਖਾਉਂਗਾ ਜੋ ਉਹਦਾ ਫਾਰਮ ਆ ਉਹ ਭਰੂੰਗਾ ਮੈਨੂੰ ਸਬਸਿਡੀ ਮਿਲ ਜੂਗੀ ਬਿਲਕੁਲ ਜੀ ਹੁਣ ਕਈ ਆਪਣੇ ਕਿਸਾਨ ਵੀਰ ਹੈਗੇ ਆ ਜਿਹੜੇ ਠੇਕੇ ਤੇ ਪੱਤੀ ਤੇ ਲੈ ਕੇ ਕਰਦੇ ਆ ਉਹ ਕਰਦੇ ਆਂ ਖੇਤੀਬਾੜੀ ਹੁਣ ਉਹਨਾਂ ਲਈ ਵੀ ਕੋਈ ਸਕੀਮ ਹੈਗੀ ਆ ਵੀ ਜੇ ਕੋਈ ਬੇਜ਼ਮੀਨਾ ਜਾਂ ਕਿਸੇ ਨੇ ਠੇਕੇ ਤੇ ਲੈ ਕੇ ਖੇਤੀ ਕਰਨੀ ਹੈ ਤੇ ਉਹਨੇ ਸਬਸਿਡੀ ਲੈਣੀ ਕਿਉਂ ਖਰਚਾ ਤਾਂ ਉਹਦਾ ਵਿਚਾਰੇ ਦਾ ਹੋਣ ਦੇ ਹਾਂਜੀ ਬਿਲਕੁਲ ਜੀ ਹਾਂਜੀ ਉਹਦਾ ਦੱਸੋ ਵੀ ਸਾਨੂੰ ਉਹ ਕੀ ਕਰੇ ਕਿਵੇਂ ਇਹ ਸਹੂਲਤਾਂ ਲਵੇ ਜੀ ਸਬਸਿਡੀ ਵਾਲੀਆਂ ਚਲੋ ਬੜਾ ਵਧੀਆ ਸਵਾਲ ਆ ਜੀ ਤੁਹਾਡਾ ਇੱਕ ਮੈਂ ਦੱਸਾਂ ਕਿ ਜਦੋਂ ਕਿਸੇ ਨੇ ਬਾਗਬਾਨੀ ਦਾ ਕੰਮ ਕਰਨਾ ਅਸੀਂ ਇਹ ਕਹਿੰਨੇ ਕਿ ਉਹਦੇ ਕੋਲ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ ਜੀ 2 ਕਿੱਲੇ 2.5 ਕਿੱਲੇ ਇੱਕ ਸਾਡਾ ਇੱਕ ਇਹਦੇ ਚ ਇੱਕ ਸਹਾਇਕ ਤੰਦਾ ਇੱਕ ਇਹੋ ਜਿਹਾ ਹੈਗਾ ਜਿਹਨੂੰ ਆਪਾਂ ਮਧੂਮੱਖੀ ਪਾਲਣ ਕਹਿੰਨੇ ਆ ਜੀ ਹਾਂਜੀ ਇਹ ਕੀਤਾ ਕਿ ਕਿਸੇ ਨੇ ਸ਼ੁਰੂ ਕਰਨਾ ਇਹਦੇ ਵਾਸਤੇ ਅਸੀਂ ਕੋਈ ਉਹਦੀ ਜ਼ਮੀਨ ਦੀ ਫਰਦ ਨਹੀਂ ਦੇਖਦੇ ਜੀ ਕੋਈ ਪਟਵਾਰੀ ਦੀ ਰਿਪੋਰਟ ਨਹੀਂ ਦੇਖਦੇ ਇਹ ਬੇਜ਼ਮੀਨੇ ਬੇਰੋਜ਼ਗਾਰ ਜਿਹੜੇ ਨੌਜਵਾਨ ਨੇ ਪੇਂਡੂ ਉਹ ਇਹ ਕੀਤਾ ਸ਼ੁਰੂ ਕਰ ਸਕਦੇ ਆ ਜੀ ਅੱਛਾ ਜੀ ਜੇ ਕਿਸੇ ਨੇ ਕੀਤਾ ਸ਼ੁਰੂ ਕਰਨਾ ਉਹਦੇ ਵਾਸਤੇ ਇੱਕ ਟ੍ਰੇਨਿੰਗ ਜ਼ਰੂਰੀ ਹੈ ਜੀ ਉਹ ਖੇਤੀ ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਰ ਜ਼ਿਲ੍ਹੇ ਚ ਬਣਾਏ ਆ ਜੀ ਨਹੀਂ ਆ ਬਿਲਕੁਲ ਉੱਥੋਂ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰ ਸਕਦਾ ਹੂੰ ਸ਼ੁਰੂਆਤ ਦੇ ਵਿੱਚ ਅਸੀਂ 50 ਬਕਸਿਆਂ ਤੱਕ ਸਬਸਿਡੀ ਦਿੰਨੇ ਆ ਜੀ ਅੱਛਾ ਜੀ ਜੇ ਕਿਸੇ ਵਿਅਕਤੀ ਨੇ ਸ਼ੁਰੂ ਕਰਨਾ ਹੈ ਹੂੰ ਉਹ 50 ਬਕਸਿਆਂ ਤੇ 80000 ਰੁਪਏ ਦੀ ਆਪਾਂ ਸਬਸਿਡੀ ਦੇ ਦਿੰਨੇ ਆ ਜੀ ਕੁੱਲ ਖਰਚਾ ਜਿਹੜਾ 50 ਬਕਸਿਆਂ ਤੇ ਉਹ ਲਗਭਗ 2 ਲੱਖ ਰੁਪਏ ਦਾ ਹੁੰਦਾ ਜੀ ਠੀਕ ਹੈ ਤੇ ਉਹ ਕੰਮ ਇਹ ਸ਼ੁਰੂ ਕਰ ਸਕਦਾ ਜੀ 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 ਤੁਸੀਂ ਕਹਿੰਦੇ ਸੀ ਨਾ ਬਕਸੀ ਰੱਖਣੇ ਆ ਹਾਂ 40% ਹੋ ਗਿਆ ਉਹ ਵੀ ਟ੍ਰੇਨਿੰਗ ਲੈ ਲਿਓ ਜ਼ਰੂਰ ਹੋਰ ਨਾ ਕਿਤੇ ਬਿਨਾ ਟ੍ਰੇਨਿੰਗ ਤੋਂ ਮੱਖੀਆਂ ਲੜਾ ਲੈ ਮਾਰੇ ਮੈਂ ਡਾਕਟਰ ਸਾਹਿਬ ਦੇ ਨਾਲ ਹੀ ਚੱਲ ਜਾਣਾ ਮੈਂ ਕਹਾਂ ਜੀ ਮੇਰਾ ਕੰਮ ਕਰੋ ਪਹਿਲਾਂ ਵੀ ਅੱਛਾ ਟ੍ਰੇਨਿੰਗ ਦਿਓ ਤੇਜਪਾਲ ਜੀ ਨਾ ਘਰੇਲੂ ਬਗੀਚੀ ਬੜੀ ਵਧੀਆ ਲਾਈ ਹੀ ਇਹਨਾਂ ਨੇ ਹਾਂਜੀ ਹਾਂਜੀ ਥੋੜਾ ਜਿਹਾ ਤੁਹਾਡਾ ਵਿਭਾਗ ਮੈਨੂੰ ਲੱਗਦਾ ਗੰਡੋਆਂ ਦੀ ਖਾਦ ਤਿਆਰ ਕਰਨ ਲਈ ਵੀ ਹਨਾ ਕੋਈ ਟ੍ਰੇਨਿੰਗ ਦਿੰਦਾ ਕੋਈ ਸਹੂਲਤ ਦਿੰਦਾ ਆ ਇਹਨਾਂ ਨੂੰ ਆਪਾਂ ਉਹ ਕੰਮ ਕਰਾਉਣਾ ਆ ਬਿਲਕੁਲ ਜੀ ਉਹਦੇ ਬਾਰੇ ਦੱਸੋ ਸਾਨੂੰ ਕੀ ਆ ਉਹਦੇ ਬਾਰੇ ਵੀ ਮੈਂ ਦੱਸਦਾ ਜੀ ਜੇ ਕਿਸੇ ਨੇ ਘਰੇਲੂ ਜਿੱਦਾਂ ਨੇ ਤੇਜਪਾਲ ਜੀ ਨੇ ਘਰੇਲੂ ਬਗੀਚੀ ਲਾਈ ਹੈ ਹਾਂ ਜੀ ਉਹ ਛੋਟੇ ਪੱਧਰ ਤੇ ਇੱਕ ਹਾਈ ਡੈਨਸਿਟੀ ਪੋਲੀਥੀਨ ਦੇ ਜਿਹੜੇ ਇੱਕ ਤਰਪਾਲ ਦੇ ਬਣੇ ਹੋਏ ਢਾਂਚੇ ਮਿਲਦੇ ਆ ਜੀ ਜੀ ਉਹਦਾ ਸਾਈਜ਼ ਹੁੰਦਾ 12 ਫੁੱਟ ਬਾਈ 4 ਫੁੱਟ ਬਾਈ 2 ਫੁੱਟ ਦਾ ਆ ਉਹਦੇ ਵਿੱਚ ਅੱਧੀ ਪੂਣੀ ਟਰਾਲੀ ਜਿਹੜੀ ਹੈਗੀ ਆ ਉਹ ਗੋਏ ਦੀ ਜਿਹਦੇ ਵਿੱਚੋਂ ਗੈਸ ਸਾਰੀ ਨਿਕਲੀ ਹੋਵੇ ਅੱਛਾ ਉਹ ਉਹਦੇ ਚ ਪੈ ਜਾਂਦੀ ਹੈ ਜੀ ਉਹਦੇ ਵਿੱਚ 8 ਤੋਂ 10 ਕਿਲੋ ਗੁੰਡੋਏ ਲੈ ਕੇ ਤੁਸੀਂ ਛੱਡ ਕੇ ਉਹਦੇ ਚ ਤੁਸੀਂ ਆਪਣੀ ਗੰਦਵਾ ਖਾਦ ਤਿਆਰ ਕਰ ਸਕਦੇ ਆ ਠੀਕ ਆ ਇਹਦੇ ਤੇ ਲਗਭਗ ਖਰਚਾ ਜਿਹੜਾ ਹੈਗਾ ਜੀ ਉਹ 16000 ਰੁਪਿਆ ਹੁੰਦਾ ਜਿਹਦੇ ਤੇ ਵਿਭਾਗ 50% ਲਗਭਗ 8000 ਰੁਪਿਆ ਉਹ ਸਬਸਿਡੀ ਦਿੰਦੇ ਹੂੰ ਇਸੇ ਤਰ੍ਹਾਂ ਜੀ ਜੇ ਕਿਸੇ ਨੇ ਕੋਈ ਵੱਡੇ ਪੱਧਰ ਤੇ ਕੰਮ ਕਰਨਾ ਥੋੜਾ ਜਿਆ ਆ ਉਹਦੇ ਵਾਸਤੇ ਵਰਮੀ ਕੰਪੋਸਟ ਯੂਨਿਟ ਰਹੇ ਹੁੰਦੇ ਆ ਜੀ ਅੱਛਾ ਜੀ 30 ਫੁੱਟ ਬਾਈ 8 ਫੁੱਟ ਬਾਈ 2.5 ਫੁੱਟ ਦਾ ਜਿਹੜਾ ਢਾਂਚਾ ਤਿਆਰ ਕਰ ਸਕਦਾ ਜੀ ਖੇਤ ਚ ਉਹ ਇਹ ਸੀਮਿੰਟ ਤੇ ਇੱਟਾਂ ਦਾ ਪੱਕਾ ਢਾਂਚਾ ਹੁੰਦਾ ਜੀ ਅੱਛਾ ਜੀ ਇਹਦੇ ਵਿੱਚ ਲਗਭਗ 1 ਲੱਖ ਰੁਪਇਆ ਖਰਚਾ ਹੁੰਦਾ ਤੇ 50% ਦੇ ਸਬਸਿਡੀ ਦੇ ਹਿਸਾਬ ਨਾਲ 50000 ਰੁਪਇਆ ਲਗਭਗ ਹਰ ਇੱਕ ਜ਼ਿਮੀਂਦਾਰ ਨੂੰ ਆਪਾਂ ਸਬਸਿਡੀ ਦਿੰਨੇ ਆ ਇਹਦੇ ਵਿੱਚ ਠੀਕ ਆ ਠੀਕ ਆ ਦੇਖੋ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਆ ਬੜੀ ਚੰਗੀ ਗੱਲ ਆ ਗੱਲ ਆ ਤੇਜਪਾਲ ਜੀ ਆ ਉਹ ਜਿਹੜਾ ਢਾਂਚਾ ਹੁੰਦਾ ਨਾ ਜਿਹੜਾ ਗਨੋਆ ਦੀ ਖਾਲ ਵਾਲਾ ਮੈਂ ਤੁਹਾਨੂੰ ਦੱਸਿਆ ਤੇ ਇਹਨਾਂ ਉਹ ਚ ਗੋਹਾ ਕੱਢ ਕੇ ਉਹਦੇ ਚ ਪਾਣੀ ਪਾ ਕੇ ਣਾਉਣ ਲੱਗਦੇ ਹਾਂ ਉਹ ਟੱਬ ਵਰਗਾ ਹੀ ਹੁੰਦਾ ਉਹ ਟੱਬ ਵਰਗਾ ਹੀ ਆ ਮੈਂ ਦੇਖਿਆ ਉਹ ਕਿਤੇ ਲੱਗਿਆ ਹੋਇਆ ਸੋ ਮਹਿਕਮੇ ਨੇ ਸਬਸਿਡੀ ਤਾਂ ਦੇਣੀ ਆ ਜੇ ਉਹ ਚ ਖਾਦ ਬਣਾਉਂਗੇ ਹਾਂ ਨਹੀਂ ਕੋਈ ਗੱਲ ਨਹੀਂ ਖਿਆਲ ਰੱਖਾਂਗੇ ਇਸ ਗੱਲ ਦਾ ਤੇ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਬਾਗ ਦੀ ਗੱਲ ਕਰ ਲਈਏ ਜਾਂ ਹੋਰ ਸਾਮ ਸੰਭਾਲ ਦੀ ਗੱਲ ਚਲੋ ਆਉਨੇ ਆਪਾਂ ਫਲਾਂ ਦੇ ਉੱਤੇ ਹਾਂਜੀ ਹਾਂਜੀ ਆਪਾਂ ਫਲ ਜਦੋਂ ਤੋਲ ਲਿਆ ਹਾਂਜੀ ਉਸ ਤੋਂ ਬਾਅਦ ਇਹ ਤਾਂ ਹੈ ਨਹੀਂ ਕਿ ਉਸੇ ਵੇਲੇ ਕੇਵਰ ਮੰਡੀ ਲੈ ਜੀ ਦਾ ਕੇਵਰ ਸਾਨੂੰ ਇਹ ਹੁੰਦਾ ਵੀ ਆਪਾਂ ਮੰਡੀ ਦਾ ਵੀ ਹੁਣ ਰੁਕ ਟੰਗ ਦੇਖੀ ਦਾ ਤੇ ਉੱਪਰ ਥੱਲੇ ਜਾ ਰਹੀ ਆ ਆਪਾਂ ਚਾਹੁੰਦੇ ਆ ਵੀ ਇਹਨੂੰ ਆਪਾਂ ਸਾਮ ਸੰਭਾਲ ਕਰ ਲਈਏ ਥੋੜੇ ਦਿਨਾਂ ਬਾਅਦ ਜਾਵਾਂਗੇ ਤੇ ਚਾਰ ਪੈਸੇ ਵਾਧ ਦੇ ਜੂ ਹੁਣ ਉਹ ਜਿਹੜੀ ਤੜਾਈ ਤੋਂ ਬਾਅਦ ਦੀ ਸਾਮ ਸੰਭਾਲਿਆ ਉਹਦੇ ਲਈ ਕੋਈ ਥਾਂ ਕੋਈ ਕੁਛ ਬਣਾਉਣ ਲਈ ਜਾਂ ਕਿੱਦਾਂ ਉਹਨੂੰ ਸਾਮ ਸੰਭਾਲ ਕਰਨੀ ਆ ਉਹਦੇ ਲਈ ਵੀ ਵਿਭਾਗ ਕੋਈ ਸਾਡੀ ਸਹਾਇਤਾ ਕਰਦਾ ਹੈ ਜੀ ਬਿਲਕੁਲ ਦਿੰਦਾ ਜੀ ਉਹਦੇ ਵਾਸਤੇ ਵੀ ਸਬਸਿਡੀ ਸਭ ਤੋਂ ਪਹਿਲਾਂ ਤੇ ਜਦੋਂ ਉਹਨੇ ਆਪਣੀ ਫਲ ਤੋੜਿਆ ਸਬਜ਼ੀ ਤੋੜੀ ਆ ਕਿਉਂਕਿ ਮੰਡੀ ਕਰਨ ਕਰਨ ਤੋਂ ਪਹਿਲਾਂ ਜਿਹੜੀ ਗ੍ਰੇਡਿੰਗ ਆ ਉਹਦੀ ਸੋਰਟਿੰਗ ਆ ਉਹ ਬੜੀ ਜ਼ਰੂਰੀ ਹੈ ਬਿਲਕੁਲ ਕਿਉਂਕਿ ਮੁੱਲ ਜ਼ਿਮੀਂਦਾਰ ਨੂੰ ਤਾਂ ਹੀ ਮਿਲੂਗਾ ਜੇ ਉਹ ਆਪਣਾ ਕੋਈ ਵੀ ਸਬਜ਼ੀਆਂ ਜਾਂ ਫਲ ਉਹਦੀ ਗ੍ਰੇਡਿੰਗ ਕੀਤੀ ਹੋਊਗੀ ਤੇ ਬਿਲਕੁਲ ਉਹਦੇ ਵਾਸਤੇ ਇੱਕ ਫਾਰਮ ਦੇ ਉੱਤੇ ਹੀ ਇੱਕ ਬਣਾਉਣ ਵਾਸਤੇ ਪੈਕ ਉਸ ਦੀ ਸਬਸਿਡੀ ਦਿੱਤੀ ਜਾਂਦੀ ਹੈ ਵਿਭਾਗ ਵੱਲੋਂ ਅੱਛਾ ਜੀ ਉਹਦੇ ਤੇ 2-4 ਲੱਖ ਰੁਪਈਆ ਖਰਚਾ ਆਉਂਦਾ ਜੀ ਲਗਭਗ ਤੇ 50% ਜਿਹੜੀ ਸਬਸਿਡੀ ਆ ਉਹ 2 ਲੱਖ ਰੁਪਏ ਉਹ ਜ਼ਿੰਮੇਦਾਰ ਨੂੰ ਮਿਲਦੀ ਹੈ ਜੀ ਜੀ ਇਸੇ ਤਰ੍ਹਾਂ ਹੀ ਜੇ ਕਿਸੇ ਨੇ ਕੋਈ ਜਿੱਦਾਂ ਤੁਸੀਂ ਗੱਲ ਕੀਤੀ ਆ ਕੋਈ ਰੁੱਕ ਕੇ ਹੱਲੇ ਮੰਡੀ 'ਚ ਰੇਟ ਸਹੀ ਨਹੀਂ ਮਿਲ ਰਿਹਾ ਉਹਨੂੰ ਉਹ ਕਵੇ ਕਹਿੰਦਾ ਹੈ ਕਿ ਮੈਂ 2 ਦਿਨ 4 ਦਿਨ ਰੱਖ ਕੇ ਠਹਿਰ ਕੇ ਵੇਚੂ ਠਹਿਰ ਕੇ ਵੇਚੂ ਹਾਂ ਉਹਦੇ ਵਾਸਤੇ ਇੱਕ ਆਪਾਂ ਕੋਲਡ ਰੂਮ ਜਿਹੜੇ ਉਹ ਆਪਾਂ ਉਹਦੇ ਤੇ ਸਬਸਿਡੀ ਦਿੰਦਾ ਜੀ 35% ਕੋल्ड रूम ਬਣਾਉਣ ਦਿੱਤੇ ਸਬਸਿਡੀ ਹੈਗੀ ਹੈ ਜੀ ਅੱਛਾ ਹੂੰ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਹਾਂ ਜੀ ਵੱਡੇ ਕੋਲਡ ਸਟੋਰ ਦੀ ਹੂੰ ਕਿਉਂ ਕੋਲਡ ਸਟੋਰ ਜਲੰਧਰ ਦੇ ਵਿੱਚ ਜਿੱਦਾਂ ਗੱਲ ਕਰਦੇ ਆਂ ਕਿ ਜਲੰਧਰ ਚ ਆਲੂ ਬਹੁਤ ਜ਼ਿਆਦਾ ਹੁੰਦਾ ਤੇ ਕਾਫੀ ਕੋਲਡ ਸਟੋਰ ਲੱਗੇ ਆ ਜੀ ਆਹ ਉਹਦੇ ਤੇ ਵੀ ਜਿਹੜਾ ਮਹਿਕਮਾ ਉਹ 35% ਸਬਸਿਡੀ ਦਿੰਦਾ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਹ ਸਬਸਿਡੀ ਜਿਹੜੀ ਇਹ ਜ਼ਿੰਮੇਵਾਰ ਤੇ ਬੈਂਕ ਖਾਤੇ ਚ ਨਹੀਂ ਜਾਂਦੀ ਅੱਛਾ ਜੀ ਇਹ ਸਬਸਿਡੀ ਜਿਹੜੀ ਹੈ ਉਹ ਜਿਹੜਾ ਇਹ ਨਾ ਇਹਨਾਂ ਵਾਸਤੇ ਪ੍ਰੋਜੈਕਟਾਂ ਵਾਸਤੇ ਲੋਨ ਲੈਣਾ ਬਹੁਤ ਜ਼ਰੂਰੀ ਹੈ ਹੂੰ ਇਹ ਸਬਸਿਡੀ ਬੈਕ ਐਂਡਡ ਸਬਸਿਡੀ ਆ ਇਹ ਸਿੱਧੀ ਬੈਂਕ ਦੇ ਖਾਤੇ 'ਤੇ ਜਾਂਦੀ ਹੈ ਜੀ ਅੱਛਾ ਹਾਂਜੀ ਮਤਲਬ ਪਹਿਲਾਂ ਹਿਆ ਪੈਸੇ ਲਾਉਣੇ ਸਾਰੇ ਪਹਿਲਾਂ ਸਰ ਲੋਨ ਲੈ ਕੇ ਇਹਦੇ 'ਚ 10% ਤੋਂ ਲੈ ਕੇ 15% ਤੱਕ ਜੀ ਇਹ ਆਪਣਾ ਹਿੱਸਾ ਫਾਰਮਲ ਦਾ ਬਹੁਤ ਜ਼ਰੂਰੀ ਹੈ ਜੀ ਬਹੁਤ ਵਧੀਆ ਗੱਲ ਆ ਦੇਖੋ ਇਹ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਆ ਸਾਬ ਨੇ ਦੇਖੋ ਜੀ ਕੁਝ ਕੋਲੋਂ ਪਾਵਾਂਗੇ ਫੇਰ ਹੀ ਆ ਨਾ ਆ ਨਹੀਂ ਦੇਖੋ ਆਪਣੀ ਮਿਹਨਤ ਜੇ ਸਰਕਾਰ ਮਦਦ ਕਰਦੀ ਆ ਵਿਭਾਗ ਮਦਦ ਕਰਦਾ ਤੇ ਕਿਉਂ ਨਹੀਂ ਲੈਣੀ ਲੈਣੀ ਚਾਹੀਦੀ ਆ ਆ ਬਾਕੀ ਗੱਲ ਇਦਾਂ ਆ ਭੀ ਡਾਕਟਰ ਸਾਹਿਬ ਟੱਕਵੀਂ ਖੇਤੀ ਨਾ ਹੋਵੇ ਬਾਹਰ ਖੇਤੀ ਹੋਵੇ ਤਾਂ ਮੌਸਮ ਵਾਲੇ ਦੇਖਦੇ ਰਹੀ ਤਾਂ ਤਾਂ ਨਹੀਂ ਆ ਗਿਆ ਲੱਗਦਾ ਮੌਸਮ ਆ ਗਿਆ ਤਾਪਮਾਨ ਆਇਆ ਪਹਿਲਾਂ ਉਹ ਸੁਣਾ ਦਈਏ ਚੌਹਾਂ ਸਾਹਿਬ ਤਾਪਮਾਨ ਅੱਜ ਜਿਹੜਾ ਰਿਹਾ ਜੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਜੀ ਗੁਰਦਾਸਪੁਰ 33.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ 26 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਰੀਦਕੋਟ 34.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 28 ਡਿਗਰੀ ਸੈਲਸੀਅਸ ਘੱਟ ਤੋਂ ਪਟਿਆਲਾ 36 ਡਿਗਰੀ ਸੈਲਸੀਅਸ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਜੀ ਅੰਮ੍ਰਿਤਸਰ ਅਜ ਤਾਪਮਾਨ ਜੀ 34.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ ਜੀ ਤੇ 27.9 ਡਿਗਰੀ ਸੈਲਸੀਅਸ ਘਟ ਤੋਂ ਘਟ ਬਠਿੰਡਾ 38.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ ਜੀ ਤੇ 26.8 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਤੇ चौहान ਸਾਹਿਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਹੀਂ ਮਹਿਕਮੇ ਵਾਲਿਆਂ ਨੇ ਸਾਨੂੰ ਰਿਪੋਰਟ ਭੱਲ ਲਈ ਆ ਹਾਂਜੀ ਹਾਂਜੀ ਉਹ ਕਹਿੰਦੀ ਆ ਕਿ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਆ ਪੈ ਸਕਦੀ ਹੈ ਉਹ ਹੋ ਸਕਦੀ ਹੈ ਜੀ 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 ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਚਾਹੁੰਦੇ ਹੋ ਉਹਦੇ ਬਾਰੇ ਆਪਣੇ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਾਰੇ ਖੁਸ਼ੀਆਂ ਖੇੜਿਆਂ ਚ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਆ ਪਰ ਉਹਦੇ ਨਾਲ ਨਾਲ ਸਾਡੀ ਖੇਤੀਬਾੜੀ ਚ ਤੇ ਸਾਡੀ ਜ਼ਿੰਦਗੀ ਚ ਕਿਹੋ ਜਿਹਾ ਬਦਲਾਅ ਲਿਆਉਣੇ ਆ ਇਹਦੇ ਬਾਰੇ ਵੀ ਜ਼ਰੂਰ ਸੋਚਣਾ ਆਪਾਂ ਰਵਾਇਤੀ ਖੇਤੀ ਤੋਂ ਹਟ ਕੇ ਝੋਨੇ ਕਣਕ ਤੋਂ ਬਗਾ ਲਾਉਣਾ ਤੇ ਡਾਕਟਰ ਸਾਹਿਬ ਨੇ ਬੜੇ ਵਧੀਆ ਸਾਨੂੰ ਅੱਜ ਗੱਲਾਂ ਦੱਸੀਆਂ ਆ ਉਹ ਬਦਲਾਅ ਕਰਾਂਗੇ ਤਾਂ ਇੱਕ ਤੇ ਅਸੀਂ ਆਮਦਨ ਵਧਾਵਾਂਗੇ ਦੂਜਾ ਇਹ ਹੈ ਵੀ ਭਾਈ ਪਾਣੀ ਦੀ ਬਚਤ ਕਰਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੀ ਜੈ ਹਿੰਦ ਜੀ